खान साहब ये मुद्दा कले किसानां दा नहीं गा। मैं हुण वेख रहा सीगा चार सवेरे मेरी निगर सी खास करके इधर स्टेज वाली साइड निगाह सी मेरी ओ गल पंजाब दी होंद दी हो रही है गल पंजाब नूं बचाउण दी हो रही है ते असीं इक दूजे दे मोढ़िआं ते हथ रखिआ इदां कोई किदां गल करी जांदा कोई किदां बेफिकरी है सानूं अज इत्थे पंजाब दा दर्द खोल के बह जांदे आ ते सारी रात की दो तीन रातां दो तीन दिन जिहड़े आ लंघ जाणे आ मेरे वीरो हर रोज बुलारे बोलदे आ आर्डिनेंस बिल्लां बारे आर्डिनेंस बिल्लां बारे पता इत्थे किन्ने क लोकां नूं पता बड़ा दस्सिओ हाथ खड़ा करके बड़े पढ़े लिखे इलाके दे लोक आपां आ हाथ खड़ा करके दस्सिओ जी किन्ने क लोकां नूं आर्डिनेंस बिल्लां बारे पता भी इहदे नुकसान की होणगे इहदे फायदे की होणगे। इक वीर ने हाथ खड़ा कीता है इधर आ दो तीन मुंडे असीं पंजाब बचावांगे यार ऐदां बचूगा पंजाब आप 500-700 बंदे दे विचों दो तीन बंदिआं नूं पता भी आर्डिनेंस की ने ते उहनां दा नुकसान की उहनां दा नफा की है। पंजाबीओ जाग जो दो वारी साडे नाल हो चुकी है कल बिहार दे विच तुहानूं पता की होया लोकतंत्र जिहनूं कहिंदे आ उहदा घाण होया महागठजोड़ नूं तुसीं देखो किहड़े हिसाब नाल हराया गया है चंगे उह वी नहीं चलो पर लोकतंत्र दा किहड़े हिसाब नाल घाण होया ਤੁਸੀਂ ਭਲੀ ਭਾਂਤ ਜਾਣਦੇ ਹੋ ਅੱਜ ਇੱਕ ਥਾਣੀ ਦੀ ਪਾਉਂਦੇ ਹੋ ਦੂਜੇ ਥਾਣੀ ਦੀ ਕੱਢਦੇ ਹੋ ਇਹ ਬਾਲਾ ਸਮਾਂ ਨਹੀਂ ਸਾਨੂੰ ਲੇਬਰ ਬਣਾਉਣਾ ਇਹਨਾਂ ਨੇ ਬੀਜੇਪੀ ਨੇ ਮੋਦੀ ਦੀ ਗਵਰਨਮੈਂਟ ਨੇ ਤੇ ਉਹ ਦਿਨ ਦੂਰ ਨਹੀਂ ਗਾ ਅੱਜ ਪੰਜਾਬ ਤੇ ਹਮਲੇ ਹੋ ਰਹੇ ਆ ਨਾ ਉਹ ਦਿਨ ਦੂਰ ਨਹੀਂ ਜਦੋਂ ਆ ਪਠਾਨਕੋਟ ਵਾਲੀ ਸਾਈਡ ਤੋਂ ਆ ਹੁਸ਼ਿਆਰਪੁਰ ਵਾਲੀ ਸਾਈਡ ਨੂੰ ਜੰਮੂ ਨਾਲ ਜੋੜਿਆ ਜਾਊਗਾ ਸਾਡੇ ਕੋਲੇ ਹੈ ਕੀ ਆ ਯਾਰ ਪੰਜਾਬ ਕੋਲੇ ਐਡਾ ਕਿਤਾ ਪੰਜਾਬ ਆ हजे भी जे असीं इह चीज़ां तों सुचेत नहीं होंदे कि हजे भी असीं इक दूजे नाल गल्लां करके हे हे दंद कढ़दे कि हजे भी असीं इह गल कहिंदे वी सानूं तां आर्डिनेंस बिल्लां बारे नहीं पता तां फिर साडे लई बहुत शर्म वाली गल आ। कित्थे नौजवानां नूं चाहीदा यार वी सानूं पता है असीं जिहड़े साडे बजुर्ग आ उहनां नूं दस्सांगे आ इलाका उह अमरीका वाले वीर बैठे आ किन्नियां फोटोआं लग्गियां होईआं है जे असीं इत्थे चंगी पहला समय दे विच आवाज़ बुलंद कीती हुंदी ਜਾਂ ਕਪੂਰਥਲਾ ਜਾਂ ਜਲੰਧਰ ਦੇ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਨੂੰ ਤਾਲੇ ਨਾ ਲੱਗਦੇ ਅੱਜ ਸਾਡੇ ਲੋਕਾਂ ਨੂੰ ਬਾਹਰ ਜਾਣਾ ਪੈ ਰਿਹਾ ਹੈ ਕਿਹਦੇ ਕਰਕੇ ਇਹ ਮਾੜੀਆਂ ਨੀਤੀਆਂ ਕਰਕੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਇੱਕ ਜਵਾਨੀ ਸਾਡੀ ਆਤਮਾ 'ਚ ਮਾਰੀ ਗਈ ਇੱਕ ਜਵਾਨੀ ਸਾਡੀ ਸਮੈਕ 'ਚ ਮਾਰੀ ਗਈ ਇੱਕ ਜਵਾਨੀ ਸਾਡੀ ਚਿੱਟੇ 'ਚ ਮਾਰੀ ਗਈ ਅੱਧੀ ਜਵਾਨੀ ਸਾਡੀ ਬਾਹਰਲੇ ਮੁਲਕਾਂ ਦੇ ਵਿੱਚ ਚਲੀ ਗਈ ਘਰਾਂ ਦੇ ਘਰ ਖਾਲੀ ਹੋ ਰਹੇ ਆ ਤੇ ਇੱਕ ਜਵਾਨੀ ਇੱਕ ਪੀੜ੍ਹੀ ਸਾਡੀ ਜਿਹੜੀ ਗੈਂਗ ਵਾਰਾਂ ਦੇ ਵਿੱਚ ਮਾਰੀ ਗਈ ਆ ਚਾਹੇ ਉਹ ਆਪਸ ਵਿੱਚ ਰੰਜਿਸ਼ਾਂ ਹੋਣ ਤੇ ਚਾਹੇ ਉਹ ਗੱਲਾਂ ਹੋਣ ਪੁਲਿਸ ਦੇ ਐਨਕਾਊਂਟਰਾਂ ਦੀਆਂ ਕਿੰਨਾ ਕੁਛ ਅਸੀਂ ਹੰਡਾ ਚੁੱਕੇ ਆ ਪੰਜਾਬ ਦੇ ਵਿੱਚ ਯਾਰ ਤੇ ਅਸੀਂ ਅੱਜ ਵੀ ਨਹੀਂ ਸੁਚੇਤ ਹੋ ਰਹੇ ਮੇਰਾ ਕੋਈ ਮਕਸਦ ਨਹੀਂ ਗਾ ਕਿ ਤੁਹਾਨੂੰ ਇੱਥੇ ਉੱਚਾ ਬੋਲਾਂ ਜਾਂ ਮੇਰੀ ਕੋਈ ਇੰਨੀ ਔਕਾਤ ਨਹੀਂ ਪਰ ਦੁੱਖ ਹੁੰਦਾ ਹੈ ਜਦੋਂ ਜਾ ਕੇ ਪੁੱਛੀ ਦਾ ਬੰਦਾ ਇੱਕ ਹੱਥ ਖੜਾ ਕਰਦਾ ਆ ਅਸੀਂ ਭਗਤ ਸਿੰਘ ਦੇ ਵਾਰਸਾਂ ਆ ਅਸੀਂ ਕਰਤਾਰ ਸਿੰਘ ਸਰਾਭੇ ਦੇ ਵਾਰਸਾਂ ਅਸੀਂ ਪੰਜਾਬ ਬਚਾਵਾਂਗੇ ਯਾਰ ਜੇ ਲੜਨਾ ਤਾਂ ਹਿੰਮਤ ਨਾਲ ਰੱਖੋ ਹਿੰਮਤ ਰੱਖੋ ਨਹੀਂ ਫਿਰ ਆਉਣ ਵਾਲਾ ਸਮਾਂ ਇੱਕ ਗੱਲ ਯਾਦ ਰੱਖੋ ਅੱਜ ਬੇਗਵਾਲ ਦੇ ਵਿੱਚ ਕਹਿ ਕੇ ਚੱਲਿਆ ਅੱਖਾਂ 'ਚ ਘਸਾਉਣ ਦੇ ਦੇ ਕੇ ਰੋਵਾਂਗੇ ਕੋਈ ਉਦੋਂ ਬੁਲਾਰਾ ਬੋਲਦਾ ਸੀ ਐਦਾਂ ਟੂਰਨਾਮੈਂਟ ਹੁੰਦੇ ਸੀਗੇ ਅਸੀਂ ਆਉਂਦੇ ਸੀ ਯਾਰ ਇੰਨਾ ਰੋਡ 'ਚ ਲੱਗਦੀ ਸੀ ਕੋਈ ਟੂਰਨਾਮੈਂਟ ਨਹੀਂ ਹੋਣਾ ਇੱਥੇ ਕੁਛ ਨਹੀਂ ਹੋਣਾ ਬਰਾਨ ਹੋ ਜਾਣਾ ਸਾਰਾ ਕੁਝ ਜਿਹੜੇ ਹਿਸਾਬ ਨਾਲ ਲੋਕਤੰਤਰ ਦਾ ਕਾਣ ਹੈ ਮੋਦੀ ਦੀ ਸਰਕਾਰ ਤੇ ਵੱਡੇ ਕਾਰਪੋਰੇਟ ਘਰਾਣੇ ਕਰਨ ਲੱਗੇ ਆ ਵੀਰੋ ਹੱਥ ਬੰਨ ਕੇ ਬੇਨਤੀ ਆਪਦੇ ਬੱਚਿਆਂ ਦੇ ਚੰਗੇ ਭਵਿੱਖ ਲਈ ਉੱਠ ਖੜੋ ਯਾਰ ਹੋਰ ਨਹੀਂ ਤਾਂ ਕੁਝ ਕਿਤੇ ਨਹੀਂ ਜਾਣਾ ਤਾਂ ਕੋਈ ਗੱਲਬਾਤ ਨਹੀਂ ਹੋਰ ਕਰਨੀ ਤਾਂ ਇਹਨਾਂ ਆਰਡੀਨੈਂਸ ਬਿੱਲਾਂ ਬਾਰੇ ਤਾਂ ਪੜ੍ਹ ਲਓ ਯਾਰ ਇਹਦੇ ਸਾਨੂੰ ਨੁਕਸਾਨ ਕੀ ਹੈ ਸਾਨੂੰ ਨਫੇ ਕੀ ਹੈ ਬਹੁਤ ਮਾੜੇ ਹਾਲਾਤ ਹੋ ਜਾਣੇ ਆਉਣ ਵਾਲੇ ਸਮੇਂ 'ਚ ਪੰਜਾਬੀ ਮਾਂ ਬੋਲੀ ਨੂੰ ਖਤਮ ਕੀਤਾ ਜਾ ਰਿਹਾ ਸਾਡੇ ਪਾਣੀਆਂ ਨੂੰ ਖਤਮ ਕੀਤਾ ਜਾ ਰਿਹਾ ਸਾਡੀਆਂ ਫਸਲਾਂ ਨੂੰ ਖਤਮ ਕੀਤਾ ਜਾ ਰਿਹਾ ਸਾਡੀਆਂ ਨਸਲਾਂ ਨੂੰ ਖਤਮ ਕੀਤਾ ਜਾ ਰਿਹਾ ਸਾਡੀ ਕਿਸਾਨੀ ਨੂੰ ਖਤਮ ਕੀਤਾ ਜਾ ਰਿਹਾ ਸਾਡੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਦੱਸੋ ਰਹਿ ਕੀ ਗਿਆ ਪਿੱਛੇ ਤੇ ਹਜੇ ਵੀ ਅਸੀਂ ਸੁਚੇਤ ਨਹੀਂ ਗਏ ਵੀਰ ਬਣ ਕੇ ਹੱਥ ਬਣ ਕੇ ਬੇਨਤੀ ਆ ਪੂਰੇ ਪੰਜਾਬ ਨੂੰ
ਤੁਸੀਂ ਸਾਰੇ ਆਪਾਂ ਇਕੱਠੇ ਹੋ ਕੇ ਚੱਲਾਂਗੇ ਨਾ ਜੇ ਪੰਜ ਉਂਗਲਾਂ ਇੱਕ ਐ ਬਣ ਗਈਆਂ ਤਾਂ ਫੇਰ ਮੁੱਕਾ ਬਣਨਾ ਨਹੀਂ ਕੱਲੀਆਂ ਦੋ ਉਂਗਲਾਂ ਜਾਂ ਤਿੰਨ ਉਂਗਲਾਂ ਕਰਕੇ ਇਹਦੀ ਚੋਟ ਨਹੀਂ ਲੱਗਣੀ ਇਹ ਨਹੀਂ ਹੋਊਗਾ ਵੀ ਅਸੀਂ ਇੱਕ ਕੰਨ ਥਣੀ ਦੀ ਪਾਈ ਤੇ ਦੂਜੇ ਥਣੀ ਦੀ ਕਰਦੀ ਸਾਨੂੰ ਕੀ ਆ ਯਾਰ ਭੌਂਕੀ ਜਾਣ ਦਾ ਜਿਹੜਾ ਬੁਲਾਰਾ ਭੌਂਕਦਾ ਹੈ ਪੰਜਾਬ ਇਸ ਟਾਈਮ ਉਹ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਜੇ ਇੱਥੋਂ ਪਿੱਛੇ ਹਟ ਗਏ ਜੇ ਲੜਾਈ ਹਰ ਗਏ ਤਾਂ ਪੰਜਾਬ ਦਾ ਕੱਖ ਨਹੀਂ ਬਚਣਾ ਤੇ ਜੇ ਆਪਾਂ ਇਕੱਠੇ ਹੋ ਕੇ ਤੁਰ ਪਏ ਜੇ ਅਸੀਂ ਗੁਰੂਆਂ ਦੇ ਆਸ਼ੀਰਵਾਦ ਨਾਲ ਲੜਾਈ ਜਿੱਤ ਗਏ ਤਾਂ ਮੋਦੀ ਛੋਟੀ ਆ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਸੌ ਕੀ ਹਜ਼ਾਰ ਵਾਰ ਸੋਚਣਗੇ ਪੰਜਾਬ ਦੇ ਵਿੱਚ ਪੈਰ ਪਾਉਣ ਤੋਂ ਇਹ ਹੁਣ ਤੁਸੀਂ ਸੋਚ ਲਓ ਮਰਨਾ ਕਿ ਲੜਨਾ ਲੜਨਾ ਪੈਣਾ ਚਾਹੇ ਅੱਜ ਲੜ ਲਿਓ ਚਾਹੇ ਸਾਲ ਨੂੰ ਲੜ ਲਿਓ ਚਾਹੇ ਦੋ ਸਾਲਾਂ ਨੂੰ ਲੜ ਲਿਓ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਇਹ ਮੋਦੀ ਦੇ ਵਿਰੁੱਧ ਸਾਨੂੰ ਲੜਨਾ ਪੈਣਾ ਹੈ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਈਵੀਐਮ ਮਸ਼ੀਨਾਂ ਹੈ ਨਹੀਂ ਗੀਆਂ ਤੇ ਸਾਡੇ ਭਾਰਤ ਦੇ ਵਿੱਚ ਈਵੀਐਮ ਮਸ਼ੀਨਾਂ ਦੇ ਨਾਲ ਕਪੜੇ ਤੇ ਕਪੜਾ ਕਪੜੇ ਤੇ ਕਪੜਾ ਕਪੜੇ ਤੇ ਕਪੜਾ ਹੋ ਰਿਹਾ ਇਹ ਕਿਹੜਾ ਲੋਕਤੰਤਰ ਹੈ ਯਾਰ ਪਹਿਲਾਂ ਬੰਦਿਆਂ ਨੂੰ ਜੇਤੂ ਕਰਾਰ ਦਿੰਦੇ ਆ ਬਾਅਦ ਦੇ ਵਿੱਚ ਕਹਿੰਦੇ ਨਹੀਂ ਨਹੀਂ ਜੀ ਤੁਹਾਡੀਆਂ ਤਾਂ ਵੋਟਾਂ ਗਲਤ ਹੋ ਗਈਆਂ ਤੁਸੀਂ ਨਹੀਂ ਜੇਤੂ ਬੀਜੇਪੀ ਜੇਤੂ ਆ ਇਹ ਇਕੱਲੇ ਕਿਸਾਨਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਦੁਕਾਨਦਾਰਾਂ ਦੀ ਗੱਲ ਕਰ ਰਿਹਾ ਆੜ੍ਹਤੀ ਵਰਗ ਦੀ ਵਪਾਰੀ ਵਰਗ ਦੀ ਗੱਲ ਕਰ ਰਿਹਾ ਖਿਡਾਰੀ ਵਰਗ ਦੀ ਹਰ ਇੱਕ ਵਰਗ ਦੀ ਗੱਲ ਕਰ ਰਿਹਾ ਪੰਜਾਬ ਪੁਲਿਸ ਬੈਠੀ ਹੈ ਇਹਨਾਂ ਨੂੰ ਵੀ ਪਤਾ ਹੈ ਵੀ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਕੀ ਹੋਣਾ ਮਿਸਯੂਜ਼ ਇਹਨਾਂ ਨੂੰ ਕੀਤਾ ਜਾਂਦਾ ਹਮੇਸ਼ਾ ਧਰਨਿਆਂ ਤੇ ਪਹੁੰਚੋ ਮੇਰੇ ਵੀਰ ਕਈ ਵੀਰ ਕਹਿੰਦੇ ਆ ਜਿਹੜੀ ਲਹਿਰ ਆ ਇਹ ਜਿਹੜਾ ਸੰਘਰਸ਼ ਆ ਠੰਡਾ ਪੈ ਗਿਆ ਜੀ ਕੋਈ ਠੰਡਾ ਨਹੀਂ ਪਿਆ ਲੋਕ ਕੰਮੀ ਲੱਗੇ ਹੋਏ ਆ 10 12 ਦਿਨ 10 ਕੁ ਦਿਨ ਰੁਕੋ ਆ ਵਾਢੀ ਬੁੱਢੀ ਹੋ ਜਾਣ ਦਿਓ ਆ ਬਿਜਾਈ ਹੋ ਜਾਣ ਦਿਓ ਫਿਰ ਉਸੇ ਤਰ੍ਹਾਂ ਅਸੀਂ ਸੜਕਾਂ ਤੇ ਆਉਣਾ ਦੁਬਾਰਾ ਫਿਰ ਇਹ ਗੱਲ ਕਹਿਣਾ ਜੇ ਆਪਦੇ ਜਵਾਕਾਂ ਦਾ ਆਪਦੇ ਬੱਚਿਆਂ ਦਾ ਚੰਗਾ ਭਵਿੱਖ ਚਾਹੁੰਦੇ ਹੋ ਤਾਂ ਹੁਣ ਲੜਨਾ ਸਿੱਖ ਲਓ ਵੀਰੋ ਨਹੀਂ ਬਹੁਤ ਦੇਰ ਹੋ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੀਮਾਂ ਗਰਾਊਂਡ 'ਚ ਆ ਜਾਣ